ਹਾਂਜੀ ਦੋਸਤੋ, ਸਵਾਗਤ ਹੈ ਤੁਹਾਡਾ ਪੰਜਾਬੀ ਸਵੈਗ ਚੈਨਲ ਦੀ ਇੱਕ ਹੋਰ ਅਪਡੇਟ ਵੀਡੀਓ ਦੇ ਉੱਤੇ। ਕਰਨੌਜਲਾ ਬਾਰੇ ਅਤੇ ਸਿੰਘਾਂ ਬਾਰੇ ਕਾਫੀ ਜ਼ਿਆਦਾ ਵੱਡੇ ਵੱਡੇ ਅਪਡੇਟ ਲੈ ਕੇ ਹਾਜ਼ਰ ਹਾਂ। ਪਹਿਲਾ ਅਪਡੇਟ ਦਿੰਦਾ ਤੁਹਾਨੂੰ ਸਾਰਿਆਂ ਨੇ ਕੀਤੇ ਮਸ਼ੀਨ ਕਰਨੌਜਲੇ ਦਾ। ਤਾਂ ਜਿੱਦਾਂ ਕਿ ਦੋਸਤੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ, ਕੱਲ੍ਹ ਕਰਨੌਜਲੇ ਦੋ ਵੱਡੇ ਗਾਣੇ ਰਿਲੀਜ਼ ਕਰ ਦਿੱਤੇ ਗਏ ਥੇ। ਤਾਂ ਦੋਸਤੋ, ਆਸਕ ਅਬਾਊਟ ਮੀ ਗਾਣੇ ਦੀ ਫੁੱਲ ਵੀਡੀਓ ਨੇ ਤਾਂ ਪੂਰੀ ਦੁਨੀਆ ਦੇ ਵਿੱਚ ਹੀ ਧੱਕ ਪਾਤੀ ਪਈ ਹੈ। ਤਾਂ ਦੋਸਤੋ, ਤੁਸੀਂ ਸਾਰੀ ਆਪਣੀ ਸਕਰੀਨ 'ਤੇ ਵਰਲਡ ਟ੍ਰੈਂਡਿੰਗ ਚਾਰਟ ਦਾ ਦੇਖ ਹੀ ਸਕਦੇ ਹੋ, ਜਿੱਥੇ ਕਿ ਕਰਨੌਜਲੇ ਦਾ ਗਾਣਾ ਪੂਰੇ 14 ਨੰਬਰ 'ਤੇ ਟ੍ਰੈਂਡ ਕਰ ਰਹੇ। ਤਾਂ ਸਾਰੀ ਆਪਣੀ ਸਕਰੀਨ 'ਤੇ ਦੇਖ ਸਕਦੇ ਹੋ, ਹੋਲੀਵੁੱਡ ਦੇ ਟੌਪ ਦੇ ਸਿੰਗਰਾਂ ਨੂੰ ਵੀ ਖੁੰਝੇ ਲਾ ਕੇ ਰੱਖ ਦਿੱਤਾ ਕਰਨੌਜਲੇ ਦੇ ਆਸਕ ਅਬਾਊਟ ਮੀ ਗਾਣੇ ਨੇ। ਤਾਂ ਤੁਹਾਨੂੰ ਸਾਰਿਆਂ ਨੂੰ ਗਾਣਾ ਕਿੱਦਾਂ ਦਾ ਲੱਗਿਆ ਅਤੇ ਸ਼ੀ ਔਨ ਇੱਟ ਗਾਣਾ ਕਿੱਦਾਂ ਦਾ ਲੱਗਿਆ ਅਤੇ ਕਰਨੌਜਲੇ ਰੈਪ ਉਸਦੇ ਵਿੱਚ ਕਿੱਦਾਂ ਦਾ ਲੱਗਿਆ, ਤੁਹਾਨੂੰ ਸਾਰਿਆਂ ਨੂੰ ਨੀਚੇ ਕਮੈਂਟ ਕਰਕੇ ਦੱਸ ਸਕਦੇ ਹੋ ਆਪਣੀ ਰਾਏ। ਅਤੇ ਹੁਣ ਬੈਕ ਦਾ ਫੱਕ ਐਲਬਮ ਦੇ ਵਿੱਚ ਤੁਸੀਂ ਕਿਹੜੀ ਵੀਡੀਓ ਦੇਖਣੀ ਚਾਹੋਗੇ ਨੈਕਸਟ ਸੌਂਗ ਦੀ, ਉਹ ਵੀ ਆਪਣਾ ਵਿਚਾਰ ਕਮੈਂਟ ਬਾਕਸ ਵਿੱਚ ਸਾਂਝਾ ਕਰੀਓ। ਅਤੇ ਹੁਣ ਗੱਲ ਕਰਦੇ ਹਾਂ ਆਪਾਂ ਸਿੰਘਾਂ ਬਾਰੇ। ਤਾਂ ਸਾਰੇ ਸਿੰਘ ਦੇ ਕੱਟੜ ਫੈਨਾਂ ਨੂੰ ਦੱਸ ਰਹੀ ਕਿ ਜਿਹੜੀ ਕਿ ਗੋਪੀ ਮੰਕੂ ਦੇ ਨਾਲ ਕੰਟਰੋਵਰਸੀ ਚੱਲ ਰਹੀ ਹੈ ਮਗਸ਼ੋਟ ਗਾਣੇ ਕਰਕੇ। ਤਾਂ ਦੋਸਤੋ, ਮਗਸ਼ੋਟ ਗਾਣੇ ਦੇ ਉੱਤੇ ਕੋਪੀਰਾਈਟ ਹਟਾ ਦਿੱਤਾ ਗਿਆ, ਤੁਸੀਂ ਸਾਰੀ ਆਪਣੀ ਸਕਰੀਨ 'ਤੇ ਚੈੱਕ ਕਰ ਸਕਦੇ ਹੋ। ਸਿੰਘ ਦਾ ਮਗਸ਼ੋਟ ਗਾਣਾ ਯੂਟਿਊਬ ਉੱਤੇ ਹੁਣ ਦੁਬਾਰਾ ਦੇਖਣ ਨੂੰ ਮਿਲ ਸਕਦਾ ਤੁਹਾਨੂੰ ਸਾਰਿਆਂ ਨੂੰ। ਤੁਸੀਂ ਸਰਚ ਕਰਕੇ ਵੀ ਚੈੱਕ ਕਰ ਸਕਦੇ ਹੋ, ਮਗਸ਼ੋਟ ਗਾਣਾ ਸਿੰਘ ਦੇ ਚੈਨਲ 'ਤੇ ਵਾਪਸ ਆ ਚੁੱਕਿਆ। ਅਤੇ ਦੋਸਤੋ, ਨਾਲ ਹੀ ਇੱਕ ਮੈਸੇਜ ਵਾਇਰਲ ਹੁੰਦਾ ਜਾ ਰਿਹਾ, ਮਤਲਬ ਕਿ ਸਿੰਘੇ ਅਤੇ ਸਿੱਧੂ ਮੂਸੇਵਾਲੇ ਦਾ, ਜਿਹੜਾ ਕਿ ਕਮੈਂਟਾਂ ਦੇ ਵਿੱਚ ਉਹਨਾਂ ਨੇ ਗਾਲਾਂ ਕੱਢੀਆਂ ਗਈਆਂ। ਪਰ ਦੋਸਤੋ, ਉਹਨਾਂ ਨੇ ਹੇਟਰਾਂ ਨੇ ਗਲਤੀ ਬੋਲਿਆ ਸੀ, ਉਹਨਾਂ ਦੇ ਵੀ ਸਹੀ ਨਾ ਆਪਣੀ ਜਗ੍ਹਾ ਸਿੱਧੂ ਅਤੇ ਸਿੰਘਾ, ਹੇਟਰਾਂ ਨੇ ਗਲਤ ਬੋਲਿਆ ਸੀ ਤਾਂ ਹੀ ਉਹਨਾਂ ਨੇ ਗਾਲਾਂ ਕੱਢੀਆਂ। ਬਾਕੀ ਤੁਹਾਡਾ ਕੀ ਵਿਚਾਰ ਹੈ ਇਹਨਾਂ ਕਮੈਂਟਾਂ ਬਾਰੇ, ਤੁਸੀਂ ਕੀ ਸੋਚਦੇ ਹੋ ਵੀ ਸਿੰਘਾ ਇੱਦਾਂ ਦਾ ਹੋ ਸਕਦਾ, ਸਿੰਘਾ ਸਿੱਧੂ ਮੂਸੇਵਾਲਾ ਇੱਦਾਂ ਦਾ ਹੋ ਸਕਦਾ? ਨੀਚੇ ਕਮੈਂਟ ਕਰਕੇ ਦੱਸ ਸਕਦੇ ਹੋ ਆਪਣੀ ਰਾਏ।